ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਕੈਨੇਡਾ ਦੌਰੇ ਤੇ ਆਏ ਜਿੱਥੇ ਉਹਨਾਂ ਦੋਵਾਂ ਮੁਲਕਾਂ ਦੇ ਸੰਬੰਧ ਮਜ਼ਬੂਤ ਕਰਨ ਅਤੇ ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਦੇ ਲਈ ਚੀਨ ਦੇ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ। ਪੈਂਸ ਵੱਲੋਂ ਰੂਲ ਆਫ ਲਾਅ ਦੇ ਨਾਲ ਖੜਨ ਦੇ ਲਈ ਕੈਨੇਡਾ ਨੂੰ ਵਧਾਈ ਵੀ ਦਿੱਤੀ ਗਈ। ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਕੈਨੇਡਾ ਦੌਰੇ ਤੇ ਪਹੁੰਚੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਕਰਦਿਆਂ ਮਾਈਕ ਪੈਂਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ G20 ਸੰਮੇਲਨ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਦੇ ਨਾਲ ਅਮਰੀਕਾ ਚੀਨ ਵਪਾਰਕ ਸੰਬੰਧਾਂ ਤੋਂ ਇਲਾਵਾ ਗ੍ਰਿਫਤਾਰ ਕੀਤੇ ਕੈਨੇਡੀਅਨਸ ਦਾ ਮੁੱਦਾ ਵੀ ਚੁੱਕਿਆ ਜਾਵੇਗਾ। ਉਹਨਾਂ ਰੂਲ ਆਫ ਲਾਅ ਦੇ ਲਈ ਖੜਨ ਵਾਸਤੇ ਕੈਨੇਡਾ ਦਾ ਧੰਨਵਾਦ ਵੀ ਕੀਤਾ। Well, the United States, as I said, has stood strong with Canada on the unlawful detention of the two Canadian citizens. The Prime Minister and I spoke about it extensively today, and I can assure you that we'll continue to stand firmly in that position until those citizens are freed and restored to this nation. Let me say, President Trump will be traveling along with the Prime Minister to the G20 in the weeks ahead. We anticipate he will be meeting with President Xi there. We're in the midst of significant discussions over our trading relationship, but I can assure you in that context and going forward, we're going to continue to urge China to release the Canadian citizens, even while we deal with the larger economic and structural issues between the United States. ਅਮਰੀਕਾ ਮੈਕਸੀਕੋ ਕੈਨੇਡਾ ਵਪਾਰਕ ਸਮਝੌਤੇ ਨੂੰ ਨੇਪਰੇ ਚੜ੍ਹਾਉਣ ਦੇ ਲਈ ਕੈਨੇਡਾ ਪਹੁੰਚੇ ਉਪ ਰਾਸ਼ਟਰਪਤੀ ਅਮਰੀਕਾ ਮਾਈਕ ਪੈਂਸ ਨੇ ਕਿਹਾ ਕਿ ਅਮਰੀਕਾ ਕੈਨੇਡਾ ਦੇ ਸੰਬੰਧ ਇੰਨੇ ਮਜ਼ਬੂਤ ਕਦੇ ਵੀ ਨਹੀਂ ਰਹੇ ਤੇ ਵਪਾਰ ਕਾਰਨ ਰਿਸ਼ਤਿਆਂ ਦੇ ਵਿੱਚ ਤਣਾਅ ਜ਼ਰੂਰ ਆਇਆ ਸੀ। ਉਹਨਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੈਨੇਡੀਅਨ ਲੋਕਾਂ ਦਾ ਦੋਸਤ ਦੱਸਿਆ। ਪੈਂਸ ਵੱਲੋਂ ਇਕਜੁੱਟਤਾ ਦਾ ਸੁਨੇਹਾ ਇਸ ਮੌਕੇ ਦਿੱਤਾ ਗਿਆ। I know that Canada will deal with those issues in a manner that the people of Canada determine most appropriate, but for President Trump, for me, for our administration, we'll always stand for the right to life. ਅਮਰੀਕਾ ਕੈਨੇਡਾ ਦੇ ਸੰਬੰਧ ਨਾਫਟਾ ਖਤਮ ਕਰਨ ਤੋਂ ਬਾਅਦ ਤਣਾਅਪੂਰਨ ਹੋ ਗਏ ਸਨ, ਪਰ ਹੁਣ ਮੁੜ ਤੋਂ ਸੰਬੰਧ ਸੁਖਾਵੇਂ ਕਰਨ ਦੇ ਲਈ ਕੋਸ਼ਿਸ਼ਾਂ ਜਾਰੀ ਨੇ।